ਦੋਸਤੋ ਸਤਿ ਸ਼੍ਰੀ ਅਕਾਲ, ਮੇਰਾ ਨਾਮ ਅਮਰਜੋਤ ਸਿੰਘ, ਮੈਂ ਇੰਡੀਆ ਆਇਆ ਹਾਂ ਇਸ ਵਕਤ। ਮੇਰੇ ਨਾਲ ਜੁੜੇ ਹੋਏ ਸ਼ੁਭੇਕ ਸਿੰਘ ਅਤੇ ਉਹਨਾਂ ਦੇ ਪਿਤਾ ਜੀ। ਇਹਨਾਂ ਦਾ ਵੀਜ਼ਾ ਲੱਗਿਆ ਹੋਇਆ ਓਪਨ ਵਰਕ ਪਰਮਿਟ ਰੀਸੈਂਟਲੀ। ਪਹਿਲਾਂ ਇਹਨਾਂ 'ਤੇ ਬੈਨ ਲੱਗਿਆ ਸੀ, ਫਿਰ ਇੱਕ ਵਾਰ ਰਿਫਿਊਜ਼ਲ ਹੋ ਗਈ, ਉਹਦੇ ਬਾਅਦ ਫਿਰ ਲੜ ਕੇ ਪ੍ਰੋਟੈਸਟ ਕਰਕੇ ਚਿੱਠੀਆਂ ਲਿਖ ਕਰ ਇਹਨਾਂ ਦਾ ਵੀਜ਼ਾ ਆਇਆ। ਆਇਓ ਪਤਾ ਕਰਦੇ ਹਾਂ ਕਿ ਵੀ ਕੀ ਹੋਇਆ ਇਹਨਾਂ ਨਾਲ, ਫਰੋਡ ਕਿਸ ਕਿਵੇਂ ਹੋਇਆ। ਅਤੇ ਫਿਰ ਦੁਬਾਰਾ ਰਿਫਿਊਜ਼ ਹੋਣ ਦੇ ਬਾਅਦ ਜਿਵੇਂ ਕਿ ਇੱਕ ਸ਼ੇਰ ਦੇ ਮੂੰਹ ਤੋਂ ਮਾਸ ਕੱਢ ਕੇ ਲਿਆਉਣਾ, ਇਸ ਤਰ੍ਹਾਂ ਦਾ ਵੀਜ਼ਾ ਇਹਨਾਂ ਦਾ ਲੱਗਿਆ। ਇਟ ਇਜ਼ ਕੁਆਇਟ ਬਿਗ ਅਚੀਵਮੈਂਟ ਐਂਡ ਆਈ ਰਿਮੈਂਬਰ, ਕਿਉਂਕਿ ਮੈਂ ਤਾਂ ਕਈ ਮਿਸਰੈਪ੍ਰਜੈਂਟੇਸ਼ਨ ਕੇਸ ਕੀਤੇ ਹੈ, ਪਰ ਇਹ ਕੇਸ ਹਮੇਸ਼ਾ ਯਾਦਗਾਰ ਰਹੇਗਾ ਕਿ ਇਮੀਗ੍ਰੇਸ਼ਨ ਨੂੰ ਉਹਨਾਂ ਦੇ ਦੱਸਣਾ ਕਿ ਵੀ ਤੁਸੀਂ ਗਲਤ ਕੀਤੀ ਹੈ, ਤੁਸੀਂ ਵੀਜ਼ਾ ਦਿਓ, ਅਤੇ ਉਹਨਾਂ ਨੇ 10 ਦਿਨ ਦਾ ਵੀਜ਼ਾ ਦਿੱਤਾ। ਸੁਭੇਕ ਸਿੰਘ, ਸਤਿ ਸ਼੍ਰੀ ਅਕਾਲ ਜੀ, ਆਏ ਨੂੰ 2 ਮਿੰਟ ਲੈ ਕੇ ਦੱਸ ਦਿਓ ਫਰੋਡ ਤੁਹਾਡੇ ਨਾਲ ਕੀ ਹੋਇਆ, ਕਿਸ ਤਰ੍ਹਾਂ ਹੋਇਆ, ਕਿਸੇ ਨੇ ਗਲਤ ਤੁਹਾਨੂੰ ਜੋਬ ਆਫਰ ਦਿੱਤਾ, ਤੁਹਾਡੇ ਮਰਜ਼ੀ ਤੋਂ ਬਗੈਰ ਫੋਰਮ ਭਰ ਕੇ ਤੁਹਾਨੂੰ ਬੰਬਈ ਘੁਮਾਇਆ, ਫਿਰ ਜਾ ਕੇ ਬੈਨ ਹੋ ਗਿਆ, ਕਿਸ ਤਰ੍ਹਾਂ ਪਤਾ ਲੱਗਿਆ, ਫਿਰ ਕੀ ਹੋਇਆ? ਸਰ ਮੈਨੂੰ LMI ਗਲਤ ਦਿੱਤਾ ਸੀਗਾ, ਤੇ ਮੈਨੂੰ ਕਹਿੰਦੇ ਕਿ ਬੰਬੇ ਆਓ, ਤੁਹਾਡੀ ਬੰਬੇ ਤੋਂ ਪ੍ਰੋਸੈਸ ਹੋਣੀ ਆ ਫਾਈਲ। ਤੇ ਮੈਂ 2-5-6 ਵਾਰੀ ਮੈਂ ਬੰਬੇ ਵੀ ਗਿਆ ਸੀਗਾ, ਬਟ ਥੋੜੇ ਟਾਈਮ ਬਾਅਦ ਮੈਨੂੰ ਜਿੱਦਾਂ ਕਿ 2018 ਦੇ ਵਿੱਚ ਮੈਂ ਫਾਈਲ ਆਈ, 19 ਦੇ ਵਿੱਚ ਮੇਰੇ ਕੋਲ ਘਰੇ ਪੇਪਰ ਆ ਗਿਆ, ਪੋਸਟ ਆ ਗਈ ਜੀ ਕਿ ਹਾਂ ਤੁਸੀਂ ਬੈਨ ਹੋ, ਬਟ ਮੈਂ ਉਸ ਚੀਜ਼ ਨੂੰ ਰਿਐਲਿਟੀ ਨਹੀਂ ਮੰਨਿਆ। ਤੇ 2020 ਦੇ ਵਿੱਚ ਮੇਰੀ ਮੈਰਿਜ ਹੋਈ ਆ, ਤੇ ਉਦੋਂ ਬਾਅਦ ਸਰ ਮੈਂ ਸੋਚਿਆ ਵੀ ਇਹ ਕਲੀਅਰ ਕਰਾਂ ਵੀ ਇਹ ਹੋਇਆ ਕੀ ਸੀਗਾ ਇਸ ਚੀਜ਼ ਦੇ ਬਾਰੇ। ਤੇ ਫਿਰ ਸਰ ਮੈਂ 21 'ਚ ਕੈਪਸ ਨੋਟ ਕਢਾਇਆ, ਤੇ ਮੈਨੂੰ ਰੀਜ਼ਨ ਪਤਾ ਲੱਗਿਆ ਕਿ ਮੈਂ ਬੈਨ ਹਾਂ 5 ਈਅਰਸ ਕੀ। ਜੀ ਜੀ, ਜਿਸ ਵਕਤ ਬੰਦਾ ਬੈਨ ਹੁੰਦਾ ਨਾ, ਤੇ ਸਿਰ ਘੁੰਮ ਜਾਂਦਾ ਕਿ ਵੀ ਹੁਣ ਕੀ ਕਰੀਏ, 5 ਸਾਲ ਬਲੋਕ ਹੋ ਗਏ ਜ਼ਿੰਦਗੀ ਦੇ, ਹੁਣ ਆਪਾਂ ਕੁਛ ਨਹੀਂ ਕਰ ਸਕਦੇ। ਤਰ੍ਹਾਂ ਤਰ੍ਹਾਂ ਦੇ ਏਜੰਟ ਕੁਛ ਕਹਿ ਰਹੇ ਜੀ, ਭਲਾ ਤੁਸੀਂ ਨਾਮ ਚੇਂਜ ਕਰ ਲਓ, ਪਾਸਪੋਰਟ ਚੇਂਜ ਕਰ ਲਓ, ਫਲਾਨਾ ਕਰ ਲਓ, ਆਹ ਕਰ ਲਓ, ਕੈਨੇਡਾ ਨੂੰ ਤੁਰ ਜਾਓ, ਉੱਧਰ ਅਮੈਰੀਕਾ ਤੋਂ ਤੁਰ ਚਲੇ ਜਾਓ ਜੀ, ਉੱਧਰ ਆਪਣਾ ਬਾਰਡਰ ਕ੍ਰੋਸ ਕਰਾ ਦੇਵਾਂਗੇ। ਲੇਕਿਨ ਬੈਨ ਇੱਕ ਬੈਨ ਹੈ, ਅਨਲੈਸ ਕਿ ਉਹ ਵਿਦਿਨ 30 ਡੇਜ਼ 60 ਡੇਜ਼ ਤੁਸੀਂ ਉਹਨੂੰ ਚੈਲੇਂਜ ਨਾ ਕਰੋ, ਜੁਡੀਸ਼ਲ ਰਿਵਿਊ ਲੈ ਕੇ ਕੁਛ ਹੋ ਨਹੀਂ ਸਕਦਾ। ਫਿਰ ਮੁੜ ਕੇ ਆਪਾਂ ਫਿਰ ਸਪਾਊਸ ਵੀਜ਼ਾ ਅਪਲਾਈ ਕੀਤਾ ਤੁਹਾਡੇ ਲਈ, ਅਤੇ ਸਪਾਊਸ ਵੀਜ਼ਾ ਵੀ ਉਹਨਾਂ ਨੇ ਰਿਫਿਊਜ਼ ਕਰਤਾ। ਮੈਂ ਇੱਕ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਇਮੀਗ੍ਰੇਸ਼ਨ ਆਫਿਸਰ ਵੀ ਗਲਤੀਆਂ ਕਰਦੇ ਹੈ, ਇਹ ਨਾ ਸੋਚੋ ਕਿ ਵੀ ਬਹੁਤ ਵੱਡੇ ਵੱਡੇ ਆਫਿਸਰ ਇੰਗਲਿਸ਼ ਬੋਲਦੇ ਹਨ ਤਾਂ ਗਲਤੀਆਂ ਨਹੀਂ ਕਰਦੇ। ਵੀਜ਼ਾ ਆਫਿਸਰ, ਇਮੀਗ੍ਰੇਸ਼ਨ ਆਫਿਸਰ ਵੀ ਗਲਤੀਆਂ ਕਰ ਰਹੇ ਹੈ, ਤੁਹਾਡੇ ਕੇਸ ਵਿੱਚ ਉਹਨਾਂ ਨੇ ਬਗੈਰ ਦੇਖੇ ਹੋਏ, ਬਗੈਰ ਸਮਝੇ ਹੋਏ ਡਾਇਰੈਕਟਲੀ ਤੁਹਾਨੂੰ ਮਤਲਬ ਕਿ ਵਿਦਿਨ 24 ਆਵਰਸ ਕਹਿ ਦਿੱਤਾ ਜੀ ਵੀ ਰਿਫਿਊਜ਼, ਕਿਉਂਕਿ ਆਲਰੇਡੀ ਤੁਹਾਡਾ ਬੈਨ ਚੱਲ ਰਿਹਾ। ਇਮੀਗ੍ਰੇਸ਼ਨ ਡਿਪਾਰਟਮੈਂਟ ਇਸ ਵਕਤ ਕੈਨੇਡਾ ਦਾ ਇਮੀਗ੍ਰੇਸ਼ਨ ਡਿਪਾਰਟਮੈਂਟ ਓਵਰਲੋਡਿਡ ਹੈ, ਉਹਨਾਂ ਕੋਲ ਸਟਾਫ ਨਹੀਂ ਹੈ, ਨਏ ਉਹਨਾਂ ਨੇ ਟ੍ਰੇਨਿੰਗ ਰੱਖੇ ਹੋਏ, ਕਿਸੇ ਨੌ ਸਿੱਖੀਏ ਆਫਿਸਰ ਨੇ ਦੇਖਿਆ ਹੋਏਗਾ, ਉਹਨਾਂ ਨੇ ਪੜ੍ਹਿਆ ਨਹੀਂ ਪੂਰਾ, ਉਹਨੇ ਦੇਖਿਆ ਵੀ ਬੈਨ ਹੈ, ਕੜਾਕੜ ਚਲੋ ਵੀ ਰਿਫਿਊਜ਼ ਫਿਰ ਕਰ ਦਿਉ। ਅਤੇ ਉਹਦੇ ਬਾਅਦ ਫਿਰ ਤੁਸੀਂ ਕਿਵੇਂ ਫੀਲ ਕੀਤਾ, ਫਿਰ ਨਿਰਾਸ਼ ਹੋ ਗਏ, ਕਿਸ ਤਰ੍ਹਾਂ ਲੱਗਿਆ ਉੱਥੇ ਕਿ ਬੈਨ ਹੋ ਗਿਆ, ਹੁਣ ਕੀ ਬਣੇਗਾ ਸਾਡਾ? ਉਦੋਂ ਤਾਂ ਨਿਰਾਸ਼ ਸੀਗਾ ਜਦੋਂ 2021 'ਚ ਪਤਾ ਲੱਗਿਆ, ਬਟ ਜਦੋਂ ਤੁਹਾਡੇ ਨਾਲ ਮੁਲਾਕਾਤ ਹੋਈ ਉਦੋਂ ਸਰ ਸੀਗਾ ਵੀ ਹਾਂਜੀ ਕੁਛ ਹੋ ਸਕਦਾ ਹੈ, ਹੋ ਜਾਣਾ ਕਲੀਅਰ, ਹੋ ਜਾਣਾ ਕਲੀਅਰ ਜੀ। ਇਹ ਸਾਰੀ ਪਰਮਾਤਮਾ ਦੀ ਖੇਡ ਹੈ ਐਕਚੁਅਲੀ, ਜਦ ਵੀਜ਼ਾ ਲੱਗਣਾ ਹੁੰਦਾ ਨਾ, ਤਾਂ ਕੋਈ ਨਾ ਕੋਈ ਵਿਧ ਬਣ ਜਾਂਦੀ, ਕੋਈ ਸੰਯੋਗ ਹੋ ਜਾਂਦਾ, ਕੋਈ ਨਾ ਕੋਈ ਤੁਰ ਕੇ ਇੱਧਰ ਉੱਧਰ ਟੇਢੇ ਮੇਢੇ ਰਸਤੇ ਤੋਂ ਇੱਧਰ ਆ ਜਾਂਦਾ, ਅਤੇ ਉਹਨੂੰ ਥੋੜ੍ਹਾ ਜਿਹਾ ਪੁਸ਼ ਕਰਨਾ ਹੁੰਦਾ, ਅਤੇ ਵੀਜ਼ਾ ਲੱਗਿਆ ਤਿਆਰ ਹੀ ਹੁੰਦਾ ਉਹਦਾ। ਪਰ ਅਫਕੋਰਸ ਵੈਨ ਇਟ ਵਾਜ਼ ਰਿਫਿਊਜ਼, ਤੁਹਾਡਾ ਵੀ ਵੀਜ਼ਾ ਰਿਫਿਊਜ਼ ਹੋ ਗਿਆ ਸੀ, ਆਈ ਵਾਜ਼ ਸ਼ੌਕਡ ਐਂਡ ਆਈ ਵਾਜ਼ ਐਂਗਰੀ ਆਲਸੋ। ਮੈਨੂੰ ਪਤਾ ਸੀ ਕਿ ਵੀ ਤੁਹਾਡਾ ਕਲੇਮ ਲੈਜੀਟੀਮੇਟ ਹੈ, ਤੁਹਾਡੇ ਡਾਕੂਮੈਂਟ ਸਹੀ ਹੈ, ਮੈਰਿਜ ਇਜ਼ ਜੈਨੂਇਨ, ਐਵਰੀਥਿੰਗ ਇਜ਼ ਗੁੱਡ, ਅਤੇ ਗਲਤੀ ਉਹਨਾਂ ਨੇ ਕੀਤੀ ਹੋਈ ਹੈ, ਅਤੇ ਮੈਂ ਇਮੀਜੀਏਟਲੀ ਉਹਨਾਂ ਨੂੰ ਫਿਰ ਚਿੱਠੀ ਲਿਖੀ, ਇਮੀਗ੍ਰੇਸ਼ਨ ਡਿਪਾਰਟਮੈਂਟ ਚਿੱਠੀ ਲਿਖੀ, ਇਮੀਗ੍ਰੇਸ਼ਨ ਮਿਨਿਸਟਰ ਨੂੰ ਚਿੱਠੀ ਲਿਖੀ, ਅਤੇ ਦਿੱਲੀ ਹਾਈ ਕਮਿਸ਼ਨ ਜਿਹੜਾ ਬੋਸ ਇਹਨਾਂ ਦਾ ਬੈਠਦਾ ਹੈ ਇੱਧਰ, ਜਿਹਦੇ ਅੰਦਰ ਐਟਲੀਸਟ 13 ਵੀਜ਼ਾ ਅਫਸਰ ਕੰਮ ਕਰਦੇ ਹੈ, ਉਹਨਾਂ ਦੇ ਇੱਥੇ ਬੋਸ ਜਿਹੜਾ ਬੈਠਦਾ ਚਨਕਪੁਰੀ, ਉੱਥੇ ਚਿੱਠੀ ਲਿਖੀ, ਮੈਂ ਚੰਡੀਗੜ੍ਹ ਚਿੱਠੀ ਲਿਖੀ, ਚੰਡੀਗੜ੍ਹ ਕੌਂਸਲੇਟ ਹੈ ਤੁਹਾਡਾ ਉੱਧਰ Sector 17, ਅਤੇ ਫਿਰ ਜਾ ਕੇ ਕੋਈ ਸੂਈ ਹਿਲਣੀ ਸ਼ੁਰੂ ਹੋਈ ਹੈ, ਠੀਕ ਹੈ। ਉਹਨਾਂ ਨੂੰ ਪਤਾ ਲੱਗਿਆ ਵੀ ਹਾਂ ਕੋਈ ਗਲਤੀ ਹੋਈ ਹੈ, ਇਹਨੂੰ ਦੁਬਾਰਾ ਰਿਵਿਊ ਕਰੋ, ਫਲਾਨਾ ਕਰੋ,
ਅਤੇ ਦੇਖੋ ਬਹੁਤ ਬਹੁਤ ਵੱਡੀ ਚੀਜ਼ ਹੈ ਕਿ ਕੋਈ ਅਗਰ ਕੋਈ ਗਲਤੀ ਹੋ ਜਾਏ ਤਾਂ ਇਮੀਗ੍ਰੇਸ਼ਨ ਡਿਪਾਰਟਮੈਂਟ ਵੀ ਕਿਉਂ ਆਪਣੀ ਗਲਤੀ ਇਮੀਡੀਏਟਲੀ ਮੰਨ ਲੂਗਾ। ਇਟ ਇਜ਼ ਵੈਰੀ ਡਿਫੀਕਲਟ ਟੂ ਸੇ ਕਿ ਵੀ ਤੁਸੀਂ ਗਲਤੀ ਕੀਤੀ, ਤੁਸੀਂ ਗਲਤੀ ਮੰਨ ਲਓ ਨਹੀਂ, ਉਹ ਉਹਨਾਂ ਨੇ ਤੁਹਾਨੂੰ ਵੀ ਕਹਿਣਾ ਕਿ ਵੀ ਸੋਰੀ 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 ਮੈਂ ਗਲਤੀ ਕੀਤੀ, ਸੋਰੀ ਆ ਲਓ ਵੀਜ਼ਾ। ਉਹਨਾਂ ਨੇ ਫਿਰ ਕੋਈ ਚੱਕਰ ਪਾਤਾ ਕਿ ਵੀ ਤੁਹਾਡੀ ਵਾਈਫ ਦੇ ਜੀ ਡਾਕੂਮੈਂਟ ਪੂਰੇ ਨਹੀਂ ਹੈ, ਉਹਨਾਂ ਦੀ ਜਿਹੜੇ ਵਰਕ ਆਵਰਸ ਪੂਰੇ ਨਹੀਂ ਹੈ ਜੀ, ਕਿੰਨੇ ਘੰਟੇ ਕੰਮ ਕਰ ਰਹੀ ਹੈ, ਉਹਦੇ ਤਨਖਾਹ ਕਿੰਨੀ ਹੈ ਵਗੈਰਾ ਵਗੈਰਾ। ਫਿਰ ਉਹ ਸਾਰਾ ਫਿਰ ਯਾਦ ਕਰੋ ਕਿ ਉਹਨਾਂ ਨੂੰ ਕਾਲ ਕਰਕੇ ਸਾਰਾ ਮੰਗਾਇਆ, ਸਾਰਾ ਸਾਰਾ ਪਹਿਲੇ ਜੀ ਜੀ ਗੋਇਡ ਗੋਇਡ ਹਾਂਜੀ ਪਹਿਲੇ ਸਿਰ ਤੇ ਨੇਮ ਨਹੀਂ ਸੀਗਾ ਸਰ ਉਹਨਾਂ ਦੇ, ਤਾਂ ਫਿਰ ਉਹਨਾਂ ਨੇ ਫਿਰ ਡਾਕੂਮੈਂਟ ਮੰਗ ਲਿਆ ਆਪਣੇ ਤੋਂ ਯਾ ਯਾ ਕਿ ਉਹਨਾਂ ਨੂੰ ਇਮੀਗ੍ਰੇਸ਼ਨ ਨੂੰ ਮੈਂ ਇਹ ਪੁੱਛਣਾ ਸੀ ਕਿ ਵੀ ਇਹ ਹੀ ਡਾਕੂਮੈਂਟ ਤਾਂ ਪਹਿਲਾਂ ਵੀ ਦਿੱਤੇ ਸੀ, ਤੁਸੀਂ ਪਹਿਲਾਂ ਗੌਰ ਨਹੀਂ ਕੀਤੇ ਆ, ਤੁਸੀਂ ਪੜ੍ਹੇ ਨਹੀਂ ਹੈ, ਅਤੇ ਹੁਣ ਤੁਹਾਨੂੰ ਕਿਵੇਂ ਸੁਪਨਾ ਆ ਗਿਆ ਕਿ ਵੀ ਉਹਨਾਂ ਦੇ ਹੁਣ ਉਹਨਾਂ ਦੀ ਨੌਕਰੀ ਵੀ ਚੈੱਕ ਕਰਨੀ ਹੈ। ਸੋ ਬਹਿਰਾਲ ਨਹੀਂ ਵੇ, ਚਲੋ ਕੋਈ ਨਾ ਕੋਈ ਬਹਾਨਾ ਕਰ ਦਿੰਦੇ ਕਿ ਵੀ ਹਾਂ ਵੀ ਨੌਕਰੀ ਦੇ ਬੇਸ 'ਤੇ ਆਪਾਂ ਦੇਖੇਂਗੇ ਹਾਂ ਵੀ ਐਲੀਜੀਬਲ ਹੋ ਕੇ ਨਹੀਂ ਹੈ। ਅਗਰ ਜੇ ਬਾਈ ਚਾਂਸ ਨੌਕਰੀ ਦੇ ਕਾਗਜ਼ ਦੇ ਵਿੱਚ ਕੁਛ ਹੁੰਦਾ, ਕੋਈ ਕਮੀ ਪੇਸ਼ੀ ਹੁੰਦੀ ਅਗਰ, ਤਾਂ ਉਹਨਾਂ ਨੇ ਇਸ ਰੀਜ਼ਨ ਨੂੰ ਬਹਾਨਾ ਕਰਕੇ ਕਹਿ ਦੇਣਾ ਕਿ ਸੋਰੀ ਯੂ ਆਰ ਨਾਟ ਐਲੀਜੀਬਲ ਫੋਰ ਦ ਵੀਜ਼ਾ, ਪਰ ਉੱਥੇ ਕੋਈ ਪ੍ਰੋਬਲਮ ਨਹੀਂ ਸੀ। ਸੋ ਇਮੀਡੀਏਟਲੀ ਵਿਦਇਨ 24 ਆਵਰਸ ਜਦੋਂ ਪੇ ਸਟਬਸ ਪੇ ਚੈੱਕਸ ਵਗੈਰਾ ਦਿੱਤੇ ਹੁਣ, ਅਤੇ ਪਾਸਪੋਰਟ ਰਿਕੁਐਸਟ ਆ ਗਈ ਆ ਤੁਹਾਡੇ ਸਾਹਮਣੇ ਵੀਜ਼ਾ ਹੈ, ਅਤੇ ਤੁਸੀਂ ਪਾਸਪੋਰਟ ਜਮ੍ਹਾਂ ਕਰੋ, ਅਤੇ ਆਪਣਾ 10-15 ਦਿਨ ਦਾ ਖੇਡ ਹੋ ਰਿਹਾ। ਸਟੈਂਪਿੰਗ ਕਰਨ ਦੇ ਬਾਅਦ ਬਸ ਤੁਸੀਂ ਕੈਨੇਡਾ ਦੀ ਚੜ੍ਹਾਈ ਕਰੋ, ਜਾਓ ਕੈਲਗਰੀ, ਤੁਹਾਡਾ ਵੇਟ ਕਰ ਰਿਹਾ, ਦੁਨੀਆ ਭਰ ਦੇ ਪੰਜਾਬੀ ਕੈਲਗਰੀ ਨੂੰ ਕੂਚ ਕਰ ਰਹੇ ਹੈ, ਤੁਸੀਂ ਵੀ ਪਹੁੰਚੋਗੇ, ਕੰਮ ਕਰੋਗੇ, ਤਰੱਕੀਆਂ ਕਰੋਗੇ, ਆਪਣੀ ਮੈਰਿਡ ਲਾਈਫ ਸ਼ੁਰੂ ਕਰੋਗੇ, ਐਂਡ ਯੂ ਨੋ ਸਟਾਰਟ ਅ ਨਿਊ ਲਾਈਫ, ਨਿਊ ਚੈਪਟਰ ਇਨ ਯੂਰ ਲਾਈਫ। ਸੋ ਇਹ ਮੈਂ ਕਹਿਣਾ ਸੀ। ਬਾਕੀ ਤੁਹਾਡੇ ਫਾਦਰ ਸਾਹਿਬ ਵੀ ਬੈਠੇ ਆ, ਉਹਨਾਂ ਨੂੰ ਵੀ ਧੰਨਵਾਦ, ਉਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਅਤੇ ਆਈ ਵਿਸ਼ ਯੂ ਬੈਸਟ ਆਫ ਲੱਕ ਫੋਰ ਯੋਰ ਲਾਈਫ ਟੂ ਐਵਰੀਬਡੀ, ਐਂਡ ਆਈ ਥੈਂਕ ਯੂ ਫੋਰ ਦ ਕੋਨਫੀਡੈਂਸ ਜਿਹੜਾ ਤੁਸੀਂ ਇੱਕ ਆਸ ਨਹੀਂ ਛੱਡੀ ਵੀ ਕਿ ਹਾਂ ਵੀ ਇਹਨੂੰ ਪਰਸਿਊ ਕਰਨਾ ਹੈ, ਕਿਉਂਕਿ ਕਈ ਵਾਰ ਕਲਾਇੰਟ ਪਹਿਲੇ ਝਟਕੇ ਵਿੱਚ ਛੱਡ ਦਿੰਦੇ ਕਿ ਵੀ ਹਾਂ ਵੀ ਹੁਣ ਕੀ ਬਣੂਗਾ ਜੀ, ਕੀ ਕਰਨਾ ਜੀ, ਹੁਣ ਪਹਿਲੇ ਦੁਬਾਰਾ ਕਰੋ, ਫਲਾਨਾ ਕਰੋ, ਇਹ ਕਰੋ ਜੀ, ਉਸ ਚੱਕਰ 'ਚ ਫਿਰ ਹੋਰ ਗਲਤ ਏਜੰਡਾ ਚੱਕਰ 'ਚ ਉਹ ਕਹਿੰਦੇ ਜੀ ਨਾਮ ਚੇਂਜ ਕਰ ਲਓ, ਦੂਸਰੇ ਨਾਮ 'ਤੇ ਕਰ ਦਿੰਦੇ ਆ, ਕਲਾਂ ਕਰ ਦਿੰਦੇ, ਉਹ ਫਿਰ ਕੰਮ ਹੋਰ ਖਰਾਬ ਹੋ ਜਾਂਦਾ। ਸੋ ਦੈਟਸ ਵਾਟ ਇਟ ਇਜ਼। ਬਟ ਚਲੋ ਜੋ ਕੁਛ ਹੋ ਗਿਆ ਸੋ ਸਭ ਠੀਕ ਹੈ। ਬਾਕੀ ਮੇਰੇ ਵੱਲੋਂ ਬਲੈਸਿੰਗ ਹੈ, ਕੈਲਗਰੀ ਜਾ ਰਹੇ ਹੋ, ਮੇਰਾ ਸ਼ਹਿਰ ਉੱਥੋਂ 3 ਘੰਟੇ ਦੂਰ ਹੈ ਐਡਮਿੰਟਨ, ਜਦ ਕਦੇ ਮੌਕਾ ਮਿਲੇ, ਕਿਉਂਕਿ ਆਈ ਵਿਲ ਬੀ ਬੈਕ, ਮੈਂ ਅਗਸਤ ਵਿੱਚ ਚਲਿਆ ਨਾ ਵਾਪਸ ਆਪਣੇ ਸ਼ਹਿਰ ਨੂੰ, ਅਤੇ ਅਗਰ ਜੇ ਮੌਕਾ ਮਿਲੇ ਤਾਂ ਡੈਫੀਨੇਟਲੀ ਆਓ, ਮਿਲ ਕੇ ਜਾਓ। ਬਾਕੀ ਬਾਕੀ ਮੈਂ ਬਾਕੀ ਮੈਂ ਪੰਜਾਬ ਵੀ ਆਉਣਾ ਹੈ ਅਗਲੇ ਹਫਤੇ ਇਨ ਦਾ ਫਸਟ ਵੀਕ ਆਫ ਅਗਸਤ ਮੈਂ ਪੰਜਾਬ ਆਉਣਾ, ਲੁਧਿਆਣਾ ਦੀ ਫੇਰੀ ਹੈ ਮੇਰੀ, ਉੱਥੇ ਮੈਂ ਰਹਾਂਗਾ 3-4 ਦਿਨ ਐਟਲੀਸਟ। ਕਈ ਲੋਕ ਮਿਲਣ ਆ ਰਹੇ ਇਸ ਤਰ੍ਹਾਂ ਦੇ, ਤੁਹਾਡੇ ਵਰਗੇ ਜਿਹੜੇ ਕੇਸਿਸ ਹੈ ਇਸ ਤਰ੍ਹਾਂ ਦੇ, ਸੋ ਅਗਰ ਤੁਹਾਡੇ ਕੋਲ ਵੀ ਟਾਈਮ ਹੈ ਤਾਂ ਜ਼ਰੂਰ ਲੁਧਿਆਣਾ ਆ ਕੇ ਮਿਲ ਸਕਦੇ। ਠੀਕ ਹੈ, ਥੈਂਕ ਯੂ ਜੀ ਤੁਹਾਡਾ ਬਹੁਤ ਨਹੀਂ ਸਰ ਨੋ ਪ੍ਰੋਬਲਮ। ਇਹ ਤਾਂ ਸਰ ਪਰਮਾਤਮਾ ਦਾ ਉਹ ਹੈ, ਸੰਜੋਗ ਹੈ, ਕੋਈ ਨਹੀਂ ਪਤਾ ਪੁਰਾਣੇ ਜਨਮਾਂ ਦੇ ਹੁੰਦੇ, ਕੋਈ ਲੈਣ ਦੇਣ ਹੁੰਦਾ, ਕੋਈ ਇੱਧਰ ਪੈਸੇ ਦੇ ਗਿਆ, ਕੋਈ ਉੱਧਰ ਪੈਸੇ ਦੇ ਗਿਆ, ਕੰਮ ਬੰਨਾ ਹੁੰਦਾ ਕਿਸੇ ਨਾ ਕਿਸੇ ਤਰੀਕੇ ਨਾਲ। ਬਾਕੀ ਬੰਦੇ ਦੇ ਹੱਥ ਕੁਛ ਨਹੀਂ ਹੈ, ਆਪਾਂ ਕੋਸ਼ਿਸ਼ ਕਰ ਸਕਦੇ ਹਾਂ, ਕੋਸ਼ਿਸ਼ ਕਰਨ ਵਾਲੇ ਤਾਂ ਵੀਜ਼ਾ ਧੜਾਧੜ ਲਾਈ ਜਾ ਰਹੇ ਨੇ। ਕਈ ਵਾਰ ਇਸ ਤਰ੍ਹਾਂ ਨਹੀਂ, ਮੇਰੇ ਤੋਂ ਵੀ ਕਈ ਵਾਰ ਵੀਜ਼ਾ ਅਪਲਾਈ ਕੀਤਾ ਮੈਂ 2-3 ਵਾਰ ਕਿਸੇ ਦਾ, ਲੇਕਿਨ ਕੋਈ ਬਹੁਤ ਹੀ ਵੱਡੀ ਪ੍ਰੋਬਲਮ ਕਰਕੇ ਵੀਜ਼ਾ ਉਹਨਾਂ ਦਾ ਵੀ ਲੱਗਿਆ ਨਹੀਂ। ਸੋ ਇਸ ਤਰ੍ਹਾਂ ਨਹੀਂ ਹੈ ਕਿ ਵੀ ਸਾਰੇ ਸਾਡੇ ਵੀਜ਼ਾ ਲੱਗਦੇ ਹੈ, ਵੀਜ਼ਾ ਕਿਸੇ ਦੇ ਵੀ ਸਾਰੇ ਨਹੀਂ ਲੱਗ ਸਕਦੇ। ਜਿਹੜੇ ਲੋਕ ਦੁਕਾਨ ਖੋਲ੍ਹ ਕੇ ਬੈਠੇ ਆ, ਵੀਜ਼ਾ ਦੀ ਦੁਕਾਨ ਲਾ ਕੇ ਸ਼ੋਅ ਕਰਦੇ ਆ ਜੀ, ਪਾਸਪੋਰਟ ਆ ਦੇਖ ਲਓ ਜੀ, ਪਾਸਪੋਰਟ ਦੀ ਲਾਈਨ ਲੱਗ ਗਈ ਜੀ, ਫਲਾਨਾ ਲੱਗਿਆ, ਉਹ ਸਾਰਾ ਇੱਕ ਆਡੰਬਰ ਹੈ, ਦੁਕਾਨਦਾਰੀ ਹੈ, ਰਿਐਲਿਟੀ ਇਜ਼ ਸਮਥਿੰਗ ਐਲਸ। ਕੋਈ ਵੀ ਡਾਕਟਰ ਕੋਲ ਚਲੇ ਜਾਓ ਤੁਸੀਂ, ਇੱਦਾਂ ਨਹੀਂ ਕਿ ਹਰ ਇੱਕ ਦਵਾਈ
ਜਿਹੜੀ ਹੈ ਉਹ ਪੇਸ਼ੈਂਟ ਨੂੰ ਸੂਟ ਕਰ ਜਾਏਗੀ। ਦੇ ਆਲਸੋ ਕੀਪ ਔਨ ਚੇਂਜਿੰਗ ਕਿ ਆਹ ਕਰ ਲਓ ਜੀ, ਆਹ ਕਰ ਲਓ ਜੀ, ਫਿਰ ਦਿਖਾ ਲਓ, ਫਿਰ ਕਰ ਲਓ। ਕੋਈ ਡਾਕਟਰ ਤੁਹਾਨੂੰ ਕਹਿ ਸਕਦਾ ਕਿ ਵੀ ਆ ਜਾਓ ਸਰਜਰੀ ਆ ਗਰੰਟੀ ਠੀਕ ਕਰ ਦਿਆਂਗੇ? ਕੋਈ ਨਹੀਂ ਕਹਿ ਸਕਦਾ। ਹਾਂ ਠੀਕ ਹੈ ਜੀ, ਓਕੇ, ਥੈਂਕ ਯੂ, ਟੇਕ ਕੇਅਰ, ਸਤਿ ਸ਼੍ਰੀ ਅਕਾਲ। ਥੈਂਕ ਯੂ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।